ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਮਿਲ ਸਕ ਰਹੀ ਹੋ? ਟੂ ਫੈਮਿਲੀ ਉਮੀਦ ਕਰਦੀ ਹੈ ਕਿ ਫਰੈਂਡ ਤੁਸੀਂ ਠੀਕ ਹੋਵੋਗੇ। ਅਤੇ ਬਲੌਗ ਹੈਗਾ ਇਹ ਸਵੇਰ ਤੋਂ ਸਟਾਰਟ ਕੀਤਾ, ਪਰ ਹੈਗਾ ਪੁਰਾਣਾ ਇਹ, ਹੈ ਨਾ, ਬਸੰਤ ਪੰਚਮੀ ਵਾਲੇ ਦਿਨ ਦਾ। ਅਤੇ ਇੱਥੇ ਕੰਮ ਧੰਦੇ ਨਿਬੇੜ ਕੇ ਨਹਾ ਧੋ ਕੇ ਬਹਿ ਗਏ ਸੀਗੇ। ਬੱਚਿਆਂ ਨੂੰ ਅੱਜ ਛੁੱਟੀ ਤਾਂ ਨਹੀਂ ਹੈਗੀ ਸੀਗੀ, ਪਰ ਉਹਨਾਂ ਨੇ ਛੁੱਟੀ ਕਰ ਲਈ ਸੀਗੀ ਬਸੰਤ ਪੰਚਮੀ ਕਰਕੇ, ਹੈ ਨਾ, ਤਾਂ ਕਰਕੇ ਕਰ ਲਈ ਸੀਗੀ। ਮੈਂ ਚਲੋ ਕੋਈ ਨਾ, ਕਿਉਂਕਿ ਰਮਣੀਤ ਦਾ ਤਾਂ ਫਿਰ ਯਾਨੀ ਕਿ ਫਿਰ ਵੀ ਬਹੁਤ ਜ਼ਿਆਦਾ ਫੇਵਰੇਟ ਤਿਉਹਾਰ ਹੈ, ਹੈ ਨਾ, ਬਸੰਤ ਪੰਚਮੀ ਦਾ। ਉਹ ਤਾਂ ਪਹਿਲਾਂ ਹੀ ਤਿਆਰੀਆਂ 'ਤੇ ਲੱਗ ਜਾਂਦਾ, ਪਤੰਗ ਲਿਆਉਣਾ, ਡੋਰ ਡੂਰ, ਹੈ ਨਾ। ਅਤੇ 2 ਦਿਨ ਪਹਿਲਾਂ ਹੀ ਹੁਣ ਗੁੱਟੇ ਉਹਨੂੰ ਲਿਆ ਕੇ ਦਿੱਤਾ ਸੀਗਾ ਡੋਰ ਦਾ, ਰੋ ਰੋ ਕੇ ਉਹਨੇ ਮੰਗਵਾਇਆ। ਮੈਂ ਕਿਹਾ ਚਲੋ ਲਿਆ ਦਿੰਦੇ ਹਾਂ, ਵੀ ਬੱਚਿਆਂ ਦਾ ਚਲੋ ਤਿਉਹਾਰ ਹੈਗਾ, ਹੈ ਨਾ, ਵੀ ਕੁਛ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਸਾਰੇ ਫਰੈਂਡ ਨੇ ਆਹ ਡੋਰ ਜਿਹੜੀ ਹੈਗੀ ਸੀ ਗੁੱਟੋ ਲਿਆ ਲਿਆ ਕੇ ਪਹਿਲਾਂ ਹੀ ਰੱਖ ਲਏ ਸੀਗੇ। ਇਹਨੂੰ ਵਿਚਾਰੇ ਨੂੰ ਫਿਰ ਅਸੀਂ ਨੇ ਲੇਟ ਲਿਆ ਕੇ ਦਿੱਤਾ ਸੀਗਾ, ਇਸ ਕਰਕੇ ਮੈਂ ਚਲ ਕੋਈ ਨਾ ਡਾਲੂਗਾ, ਹੈ ਨਾ, ਇੱਕ ਦਿਨ ਦਾ ਤਿਉਹਾਰ ਹੈਗਾ ਅਤੇ ਬਾਕੀ ਫਿਰ ਪੇਪਰ ਸ਼ੁਰੂ ਹੋ ਜਾਣਗੇ ਇਹਨਾਂ ਦੇ, ਇਸ ਕਰਕੇ, ਹੈ ਨਾ। ਅਤੇ ਹੁਣ ਰਮਣੀਤ ਤਾਂ ਲੱਗਿਆ ਸੀਗਾ ਆਪਣੇ, ਗਿਆ ਹੋਇਆ ਸੀਗਾ ਫਰੈਂਡ ਦੇ ਨਾਲ, ਗਿਆ ਹੋਇਆ ਸੀਗਾ ਪਤੰਗ ਉਡਾਉਣ ਉੱਧਰਲੇ ਘਰ, ਯਾਨੀ ਕਿ ਮਾਮੇ ਕੰਨੀ ਆਪਣੇ। ਅਤੇ ਇੱਧਰ ਮੰਮੀ ਲੱਗ ਰਹੀ ਸੀਗੀ ਆਪਣੀ ਡੋਰ ਸਲਝਾਉਣ, ਹੈ ਨਾ, ਕਹਿੰਦੀ ਹਾਏ ਇੰਨੀ ਡੋਰ ਕਹਿੰਦੀ ਖਰਾਬ ਕਰਤੀ ਹੈ, ਕਹਿੰਦੀ ਮੈਂ ਸਲਝਾਉਂਦੀ ਹਾਂ। ਮੰਮੀ ਲੱਗੀ ਸੀਗੀ ਹੁਣ ਡੋਰ ਸਲਝਾਉਣ, ਮੰਮੀ ਤੋਂ ਮੰਮੀ ਨੂੰ ਵੀ ਡਿਊਟੀ 'ਤੇ ਲਗਾਤਾ ਸੀਗਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸਾਰੇ? ਉਮੀਦ ਕਰਦੇ ਕਿ ਫਰੈਂਡ ਠੀਕ ਹੋਵੋਗੇ। ਅਤੇ ਅੱਜ ਹੈਗੀ ਆ ਬਸੰਤ ਪੰਚਮੀ, ਅੱਜ ਆਪਾਂ ਕਾਫੀ ਦਿਨਾਂ ਤੋਂ ਬਲੌਗ ਸਟਾਰਟ ਕਰ ਰਹੇ ਹਾਂ, 2-3 ਦਿਨਾਂ ਤੋਂ ਸਟਾਰਟ ਨਹੀਂ ਕੀਤਾ ਹੈਗਾ। ਕੁਛ ਤਾਂ ਪਹਿਲਾਂ ਵਾਲੇ ਪੈਂਡਿੰਗ ਪਏ ਨੇ, ਉਹ ਅਪਲੋਡ ਕਰਨ ਵਾਲੇ ਨੇ, ਨੈੱਟ ਨਹੀਂ ਹੈਗਾ, ਹੈ ਨਾ, ਨੈੱਟ ਸਾਡੇ ਵਾਲੇ ਇੱਧਰ 3 ਦਿਨਾਂ ਲਈ ਬੰਦ ਹੈ, ਹੈ ਨਾ, ਨੈੱਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ, ਇਸ ਕਰਕੇ ਵੀਡੀਓ ਬਣਾਉਣ ਦਾ ਜੀ ਨਹੀਂ ਕੀਤਾ ਹੈਗਾ। ਕੁਛ ਮੰਮੀ ਢਿੱਲੇ ਸੀਗੇ, ਮੰਮੀ ਹੁਣ ਠੀਕ ਨੇ, ਮੰਮੀ ਆਪਣੀ ਲੱਗ ਗਈ ਹੈ ਡਿਊਟੀ 'ਤੇ। ਬਸੰਤ ਪੰਚਮੀ ਨੂੰ ਮੰਮੀ ਦੀ ਡਿਊਟੀ ਹੁੰਦੀ ਹੈ ਡੋਰ ਸੁਲਝਾਉਣ ਦੀ, ਹੈ ਨਾ, ਆਪਣੇ ਪੋਤਿਆਂ ਨੂੰ ਡੋਰ ਸੁਲਝਾ ਕੇ ਦਿੰਦੀ ਹੈ, ਅਤੇ ਉਹ ਡਿਊਟੀ ਮੰਮੀ ਅੱਜ ਇੱਥੇ ਬੈਠੀ। ਵੈਸੇ ਤਾਂ ਅੱਗੇ ਤਾਂ ਕੋਠੇ 'ਤੇ ਹੁੰਦੀ ਹੈ ਉੱਧਰਲੇ ਘਰੇ, ਉੱਥੇ ਸੁਲਝਾਉਂਦੀ ਹੁੰਦੀ ਆ, ਅੱਜ ਮੰਮੀ ਨੇ ਡਿਊਟੀ ਆਪਣੀ ਇੱਥੇ ਨਿਭਾਈ ਹੈ, ਹੈ ਨਾ, ਇੱਥੇ ਨਿਭਾ ਰੱਖੀ ਹੈ ਡਿਓਰ। ਰਮਣੀਤ ਨੇ ਪੂਰੀ ਉਲਝਾ ਕੇ ਦਿੱਤੀ ਹੋਈ ਹੈ ਵੀ ਆਲਾ ਦਾਦੀ ਵੀ ਤੂੰ ਕਰ ਦੇ, ਹੈ ਨਾ, ਠੀਕ ਕਰ ਦੇ ਡੋਰ। ਅਤੇ ਹੁਣ ਰਮਣੀਤ ਤਾਂ ਗਿਆ ਆਪਣੇ ਉੱਧਰਲੇ ਘਰੇ, ਆਪਣੀ ਮਾਮੀ ਕਨੀ ਗਿਆ ਹੈ, ਅਤੇ ਸ਼ਾਨ ਕਹਿੰਦਾ ਮੈਨੇ ਆਪਣੀ ਬੂਆ ਕੋਲੇ ਜਾਣਾ, ਬੂਈ ਉੱਧਰਲੇ ਘਰੇ, ਉਹ ਪਤੰਗ ਲੁੱਟਣ ਲੱਗ ਰਹੀ ਹੈ, ਅਤੇ ਇਹਨੂੰ ਵੀ ਹੁਣ ਮੈਂ ਉੱਧਰ ਛੱਡ ਕੇ ਆਉਂਦੀ ਹਾਂ, ਪਤੰਗ ਉਡਾ ਰਹੇ ਨੇ ਉੱਧਰ ਬੱਚੇ, ਹੈ ਨਾ, ਵਾਲੇ ਨੇ, ਇੱਧਰ ਆਪਣੇ ਹੈ ਨਹੀਂ। ਹਾਂ ਹਾਂ ਹਾਂ, ਰੋਟੀ ਪਾਣੀ ਖਾ ਲਈ, ਬਾਕੀ ਮੰਮੀ ਇਹਦੇ ਨਾਲ ਤੁਰ ਲੈਂਦੇ ਨੇ ਹੁਣ, ਹੈ ਨਾ, ਤੁਰ ਲੈਂਦੇ ਨੇ ਹੁਣ, ਤੇ ਬਾਕੀ ਬਾਥਰੂਮ ਬੂਥਰੂਮ ਵਗੈਰਾ ਵਧੀਆ ਜਾ ਆਉਂਦੇ ਨੇ, ਰੋਟੀ ਪਾਣੀ ਖਾ ਲਈ ਆ, ਇਸ ਕਰਕੇ ਮੈਂ ਇੱਧਰ ਜਾ ਕੇ ਆਉਂਦੀ ਹਾਂ, ਥੋੜ੍ਹੀ ਦੇਰ ਤੱਕ ਆਉਂਦੀ ਹਾਂ। ਚਲੋ ਜੀ, ਅਤੇ ਫਰੈਂਡ ਹੁਣ ਮੈਂ ਸ਼ਾਨੂ ਨੂੰ ਦੇਖੋ ਇੱਥੇ ਲਿਆਈ ਸੀਗੀ, ਇੱਥੇ ਇਹਦੀ ਬੂਆ ਲੱਗ ਰਹੀ ਸੀਗੀ, ਇੰਨੇ ਸਾਰੇ ਨੇ ਪਤੰਗ ਲੁੱਟੇ ਨੇ, ਹੈ ਨਾ, ਫਿਰ ਮੈਂ ਵੀ ਲੱਗ ਗਈ ਸੀਗੀ ਲੁੱਟਣ। ਬਹੁਤ ਜ਼ਿਆਦਾ ਮਜ਼ਾ ਆਉਂਦਾ ਕਿਉਂਕਿ ਉਡਾਉਣੇ ਤਾਂ ਸਾਨੂੰ ਆਉਂਦੇ ਨਹੀਂ ਹੈਗੇ, ਲੁੱਟਣੇ ਪਰ ਜ਼ਰੂਰ ਆਉਂਦੇ ਨੇ, ਹੈ ਨਾ, ਪਤੰਗ ਆ ਕੇ ਡਿੱਗ ਰਹੇ ਸੀਗੇ, ਉਹ ਅਸੀਂ ਲੁੱਟੀ ਜਾਂਦੇ ਸੀਗੇ, ਅਤੇ ਇੱਥੇ ਸਾਰੇ ਛੋਟੇ ਛੋਟੇ ਬੱਚੇ ਹੈਗੇ ਸੀਗੇ। ਸਾਨੂੰ ਵੀ ਹੁਣ ਸਾਨੂੰ ਉਹਨੂੰ ਵੀ ਐਂ ਹੋ ਰਿਹਾ ਸੀਗਾ ਵੀ ਮੈਂ ਵੀ ਆਪਣੀ ਬੂਈ ਕੋਲੇ ਜਾਵਾਂ, ਦੇਖੋ ਸਾਰੇ ਬੱਚੇ ਇੱਥੇ ਪਤੰਗ ਉਡਾਉਣ ਲੱਗ ਰਹੇ ਨੇ। ਰਮਣੀਤ ਉਹ ਸਾਹਮਣੇ ਵਾਲੇ ਕੋਠੇ 'ਤੇ ਆਪਣੇ ਫਰੈਂਡ ਨਾਲ ਉਡਾ ਰਿਹਾ, ਹੈ ਨਾ, ਅਤੇ ਇੱਥੇ ਅਸੀਂ ਲੱਗੇ ਸੀਗੇ ਪਤੰਗ ਉਡਾਉਣ। ਮੈਂ ਕਿਹਾ ਚਲੋ ਥੋੜ੍ਹਾ ਕੁ ਆਪਾਂ ਵੀ ਉਡਾ ਲੈਂਦੇ ਹਾਂ, ਥੋੜ੍ਹੀ ਜਿਹੀ ਆਪਾਂ ਵੀਡੀਓ ਵੂਡੀਓ ਸ਼ੂਟ ਕਰ ਲੈਂਦੇ ਹਾਂ, ਪਰ ਸਾਡੇ ਤਾਂ ਉੱਡਿਆ ਨਹੀਂ ਹੈਗਾ ਇੱਕ ਵੀ ਪਤੰਗ, ਇੱਕ ਦੋ ਪਤੰਗ ਉੱਡਿਆ ਸੀਗਾ ਪਰ ਉਹ ਨਾਲ ਦੀ ਨਾਲ ਸਾਡੇ ਕੱਟ ਜਾਂਦੇ ਸੀਗੇ, ਹੈ ਨਾ, ਤਾਂ ਕਰਕੇ ਬਸ ਫਿਰ ਜ਼ਿਆਦਾ ਸਾਨੂੰ ਨਹੀਂ ਉਹ ਕੀਤਾ ਹੈਗਾ। ਅਤੇ ਇੱਥੇ ਦੇਖੋ ਰਮਣੀਤ ਲੱਗ ਰਿਹਾ ਸੀਗਾ ਉੱਪਰ ਉਡਾਉਣਾ ਟੈਂਕੀ ਕੋਲੇ, ਅਤੇ ਸਾਰੇ ਆਪਾਂ ਆਪਣੇ ਕੋਠਿਆਂ ਦੇ ਉੱਤੇ ਪਤੰਗ ਉਡਾ ਰਹੇ ਨੇ, ਅਸੀਂ ਆਪਣੇ ਕੋਠਿਆਂ 'ਤੇ ਨਹੀਂ ਹੈਗੇ, ਅਸੀਂ ਬਗਾਨੇ ਦੇ ਕੋਠਿਆਂ 'ਤੇ ਚੜੇ ਹੋਏ ਸੀਗੇ। ਅਤੇ ਉੱਧਰਲੇ ਘਰੇ ਅਸੀਂ ਯਾਨੀ ਕਿ ਆਪਣੀ ਸਾਈਡ ਤਾਂ ਇੱਧਰਲੀ ਸਾਈਡ, ਹੈ ਨਾ, ਬੱਚੇ ਬੁੱਚੇ ਹੈ ਨਹੀਂ ਗੇ ਇੱਧਰ, ਅਤੇ ਇੱਧਰ ਵਧੀਆ ਮੰਮੀ ਕੰਨੀ ਵਧੀਆ ਰੌਣਕ ਜਿਹੀ ਲੱਗੀ ਰਹਿੰਦੀ ਹੈ ਸਾਰਿਆਂ ਦੇ ਘਰ ਨਾਲ ਨਾਲ ਜੇ ਨੇ ਨਾ,
ਤੇ ਇਸ ਕਰਕੇ ਫਿਰ ਵਧੀਆ ਰੌਣਕ ਜੀ ਲੱਗੀ ਰਹਿੰਦੀ, ਸਾਰੇ ਜਣੇ ਪਤੰਗ ਉਡਾ ਰਹੇ ਸੀਗੇ। ਤੇ ਬਸ ਬਸੰਤ ਪੰਚਮੀ ਵਾਲੇ ਦਿਨ ਦਾ ਫਰੈਂਡ ਵਲੌਗ ਇਹ, ਤੇ ਕੋਈ ਗੱਲ ਨਹੀਂ, ਇੱਕ ਦੋ ਦਿਨ ਵਲੌਗ ਜੇ ਹੋਰ ਰਹਿ ਗਏ ਨੇ ਫਿਰ ਆਪਾਂ ਤੁਹਾਨੂੰ ਫਰੈਸ਼ ਫਰੈਸ਼ ਜੇ ਪਾਵਾਂਗੇ। ਕੁਛ ਧਰਨਿਆਂ ਕਰਕੇ ਨਾ ਨੈਟਵਰਕ ਦੀ ਸਾਡੇ ਵੱਲ ਬਹੁਤ ਜ਼ਿਆਦਾ ਪਾਬੰਦੀ ਆ, ਕਿਉਂਕਿ ਸਾਡਾ ਜਿਹੜਾ ਏਰੀਆ ਹੈਗਾ ਨਾ ਵੀ ਕਹਿੰਦੇ ਨੇ ਹਰਿਆਣੇ ਦੇ ਬੋਰਡਰ ਦੇ ਨਾਲ ਲਗਮਾਈ ਜਾਈ ਹੈ ਨਾ, ਇੱਧਰ ਜਾਖਲ ਸਾਈਡ ਕੰਨਿਓ ਜਾਖਲ ਸਾਈਡ ਵਾਲੇ ਸਾਡੇ ਲਵੇ ਪੈਂਦਾ ਹਰਿਆਣਾ ਸ਼ਾਇਦ, ਤਾਂ ਕਰਕੇ ਬੰਦ ਹੈ। ਅਤੇ ਇੱਥੇ ਦੇਖੋ ਇੰਨਾ ਵੱਡਾ ਪਤੰਗ, ਇਹ ਵੀ ਲੁੱਟਿਆ ਹੀ ਸੀਗਾ ਅਤੇ ਇਹਨੂੰ ਉਡਾ ਰਹੇ ਸੀਗੇ, ਸਾਡੇ ਤੋਂ ਉੱਡਿਆ ਨਹੀਂ ਹੈਗਾ, ਮੈਂ ਕਿਹਾ ਚੱਲ ਇੰਜੇ ਉਡਾ ਲੈਂਦੇ ਆਪਾਂ ਇਹਨੂੰ ਤਾਂ ਕਰਕੇ। ਅਤੇ ਬਸ ਥੋੜ੍ਹੀ ਜਿਹੀ ਆਪਾਂ ਨੇ ਬਸੰਤ ਪੰਚਮੀ ਮਨਾਈ, ਮੰਮੀ ਨੂੰ ਰੋਟੀ ਪਾਣੀ ਦੇਤਾ ਸੀਗਾ, ਅਤੇ ਉਸ ਤੋਂ ਬਾਅਦ ਫਿਰ ਅਸੀਂ ਇੰਨੇ ਸਾਰੇ ਦੇਖੋ ਕਾਫੀ ਸਾਰੇ ਪਤੰਗ ਲੁੱਟੇ ਸੀਗੇ, ਬਹੁਤ ਜ਼ਿਆਦਾ ਲੁੱਟੇ ਸੀਗੇ ਪਤੰਗ। ਅਤੇ ਸ਼ਾਨੂ ਨੇ ਤਾਂ ਇੱਕ ਵੀ ਨਹੀਂ ਉਡਾਇਆ ਹੈਗਾ, ਇਹਨੂੰ ਤਾਂ ਬਸ ਇਹਨੂੰ ਵੀ ਐਂ ਹੋ ਰਿਹਾ ਸੀਗਾ, ਕਿਉਂਕਿ ਦੇਖੋ ਨਾ ਤਾਂ ਸਾਨੂੰ ਉਡਾਉਣਾ ਆਉਂਦਾ ਸੀਗਾ, ਮੈਨੂੰ ਅਤੇ ਮੰਨੂ ਨੂੰ, ਬਾਕੀ ਸਾਰੇ ਬੱਚੇ ਛੋਟੇ ਛੋਟੇ ਆਪ ਆਪ ਦਾ ਉਡਾਈ ਜਾਂਦੇ ਸੀਗੇ, ਰਮਣੀਤ ਆਪਣੇ ਫਰੈਂਡ ਨਾਲ ਦੂਜੇ ਕੋਠੇ 'ਤੇ ਗਿਆ ਹੋਇਆ ਸੀਗਾ ਇਸ ਕਰਕੇ। ਅਤੇ ਪਤਾ ਨਹੀਂ ਤੁਹਾਨੂੰ ਵਲੌਗ ਅੱਜ ਦੇ ਅੱਜ ਕੱਲ੍ਹ ਦੇ ਕਿਵੇਂ ਦੇ ਲੱਗ ਰਹੇ ਹੋਣੇ, ਕਿਉਂਕਿ ਥੋੜ੍ਹੇ ਜਿਹੇ ਹੁਣ ਵਧੀਆ ਫਰੈਸ਼ ਜੇ ਨਹੀਂ ਆ ਰਹੇ ਨਾ ਕੁਛ, ਆਪਾਂ ਜੇ ਨਾਲ ਦੀ ਨਾਲ ਆਪਾਂ ਵੀਡੀਓ ਐਡਿਟ ਕਰਕੇ ਪਾਉਂਦੇ ਉਦੋਂ ਥੋੜ੍ਹੀ ਜਿਹੀ ਹੋਰ ਗੱਲ ਹੁੰਦੀ ਆ, ਹੁਣ ਇੰਨੇ ਦਿਨਾਂ ਬਾਅਦ ਵੀਡੀਓ ਐਡਿਟ ਕਰਦੇ ਆ ਨਾ ਫਿਰ ਕੁਛ ਪਤਾ ਵੀ ਨਹੀਂ ਚੱਲਦਾ ਹੈਗਾ ਵੀ ਕੀ ਕੁਛ ਗੱਲਬਾਤ ਜੀ ਨਹੀਂ ਇੰਨੀ ਕਰਨੀ ਆਉਂਦੀ ਹੈਗੀ ਹੋ ਰਹੀ ਹੈਗੀ ਹੈ ਨਾ ਇਸ ਕਰਕੇ। ਅਤੇ ਇਹ ਹੈਗੇ ਸੀਗਾ ਨੈਕਸਟ ਡੇ, ਨੈਕਸਟ ਡੇ ਯਾਨੀ ਕਿ ਇਹਨਾਂ ਦਾ ਹੈਗਾ ਸੀਗਾ ਪੇਪਰ, ਫਸਟ ਪੇਪਰ ਸੀਗਾ ਦੇਖੋ ਸ਼ਾਨੂ ਦਾ ਹੈ ਨਾ, ਫਸਟ ਪੇਪਰ ਦੇਣ ਜਾਊਗਾ ਸ਼ਾਨੂ। ਅਤੇ ਇਹਨੂੰ ਹੁਣ ਲਿਆ ਕੇ ਦਿੱਤਾ ਸੀਗਾ ਨਵਾਂ, ਕੀ ਕਹਿੰਦੇ ਨੇ ਪੇਪਰ ਬੋਰਡ ਜਿਹੜਾ ਹੁੰਦਾ ਹੈ ਨਾ ਉਹ ਲਿਆ ਕੇ ਦਿੱਤਾ ਸੀਗਾ, ਪੁਰਾਣਾ ਪਿਆ ਸੀਗਾ ਇੱਕ ਹੋਰ, ਫਿਰ ਮੈਂ ਕਿਹਾ ਨਹੀਂ, ਮੈਂ ਕਿਹਾ ਚਲੋ ਇਹਨੂੰ ਹੋਰ ਕਾਰਟੂਨ ਜੇ ਵਾਲਾ ਲਿਆ ਦਿਉ, ਇੱਕ ਡੋਲ ਜੇ ਵਾਲਾ ਪਿਆ ਸੀਗਾ, ਮੈਂ ਕਿਹਾ ਤਾਂ ਗਰਲਿਸ਼ ਜਿਹਾ ਹੈ ਨਾ ਕੁੜੀਆਂ ਜੇ ਦਾ, ਮੈਂ ਕਿਹਾ ਇਹਨੂੰ ਨਵਾਂ ਲਿਆ ਦਿਉ। ਹੁਣ ਖੁਸ਼ ਹੋ ਗਿਆ ਸੀਗਾ, ਪਹਿਲਾਂ ਬਹੁਤ ਰੋ ਰਿਹਾ ਸੀਗਾ ਤਿਆਰ ਹੁੰਦੇ ਹੋਏ, ਪਰ ਹਾਂ ਜਦੋਂ ਇਹਨੇ ਪੇਪਰ ਬੋਰਡ ਦੇਖ ਲਿਆ ਅਤੇ ਹੁਣ ਵਧੀਆ ਖੁਸ਼ ਹੋ ਗਿਆ ਸੀਗਾ। ਅਤੇ ਇੱਥੇ ਮੰਮੀ ਬੈਠੇ ਸੀਗੇ, ਮੰਮੀ ਨੂੰ ਮੈਂ ਦਿੱਤੀ ਹੋਈਆਂ ਸੀਗੀਆਂ ਮੂਲੀਆਂ, ਮੰਮੀ ਤੋਂ ਵੀ ਬੈਠੇ ਬੈਠੇ ਦੇਖੋ ਮੈਂ ਟਿਕਦੀ ਨਹੀਂ ਹੈਗੀ, ਮੰਮੀ ਤੋਂ ਵੀ ਕੰਮ ਕਰਵਾ ਲੈਂਦੀ ਹਾਂ, ਯਾਨੀ ਕਿ ਬੈਠੇ ਬੈਠੇ ਮੰਮੀ ਦੇ ਕੰਮ ਜਿਹੜਾ ਕਰਨ ਵਾਲਾ ਹੁੰਦਾ ਉਹ ਕਰੀ ਜਾਂਦੀ ਹੁੰਦੀ ਹੈ ਨਾ, ਜਿਵੇਂ ਕਿ ਸਬਜ਼ੀ ਸੁਬਜ਼ੀ ਕਈ ਵਾਰੀ ਕੱਟ ਦਿੰਦੀ ਹੁੰਦੀ ਹੈ। ਹੁਣ ਇੱਥੇ ਮੰਮੀ ਨੇ ਮੂਲੀਆਂ ਗ੍ਰੈਂਡ ਕਰਤੀਆਂ ਸੀਗੀਆਂ ਵੀ ਚਲੋ ਪਰੌਂਠੇ ਵਗੈਰਾ ਬਣਾ ਲਵਾਂਗੇ, ਬੱਚਿਆਂ ਨੂੰ ਮੈਂ ਲਾ ਕੇ ਦੇਤੇ ਸੀਗੇ ਪਹਿਲਾਂ ਹੀ, ਅਤੇ ਫਿਰ ਉਸ ਤੋਂ ਬਾਅਦ ਚਲੋ ਆਪਣੇ ਪਰੌਂਠੇ ਵਗੈਰਾ ਲਾਵਾਂਗੇ। ਰਮਣੀਤ ਦਾ ਵੀ ਫਸਟ ਪੇਪਰ ਸੀਗਾ ਅੱਜ, ਰਮਣੀਤ ਤਾਂ ਪਹਿਲਾਂ ਚਲਾ ਜਾਂਦਾ ਉਹ ਤਾਂ ਪਹਿਲਾਂ ਲੱਗਦਾ, ਅਤੇ ਸ਼ਾਨੂ ਦਾ ਇੱਕ ਘੰਟਾ ਦੇਰੀ ਤੋਂ ਲੱਗਦਾ ਹੈ ਨਾ। ਅਤੇ ਖੁਸ਼ ਹੋ ਰਿਹਾ ਸੀਗਾ, ਹੁਣ ਆਪਦੇ ਕਾਪੀ ਆਪ ਤਿਆਰ ਹੋ ਗਿਆ ਸੀਗਾ ਨਿਊ ਪੇਪਰ ਬੋਰਡ ਲੈ ਕੇ, ਅਤੇ ਬਸ ਇਹਨੂੰ ਹੁਣ ਰਮਣੀਤ ਦੇ ਡੈਡੀ ਛੱਡੇ ਆਉਣਗੇ। ਅਤੇ ਫਰੈਂਡ ਜਿਹੜੇ ਆਪਣੇ ਚੈਨਲ 'ਤੇ ਨਿਊ ਆਉਂਦੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਅਗਰ ਵਲੌਗ ਥੋੜ੍ਹਾ ਜਿਹਾ ਕਿ ਵੀ ਵਧੀਆ ਲੱਗੇ ਹੋਵੇ ਤਾਂ ਪਲੀਜ਼ ਵੀਡੀਓ ਨੂੰ ਕਮੈਂਟ ਕਰਨਾ ਅਤੇ ਲਾਈਕ ਕਰਨਾ ਹੈ ਨਾ, ਅਤੇ ਪਲੀਜ਼ ਫੁੱਲ ਵੋਚ ਕਰਿਆ ਕਰੋ। ਅਤੇ ਇਹ ਹੈਗੇ ਸੀਗਾ ਨੈਕਸਟ ਡੇ, ਕਿਉਂਕਿ ਉਸ ਤੋਂ ਅਗਲੇ ਦਿਨ ਫਿਰ ਮੈਨੂੰ ਵੀ ਥੋੜ੍ਹਾ ਕੁ ਫੀਵਰ ਜਿਹਾ ਹੋ ਗਿਆ ਸੀਗਾ, ਬੁਖਾਰ ਹੋ ਗਿਆ ਸੀਗਾ। ਵਲੌਗ ਤਾਂ ਦੇਖੋ ਸ਼ੂਟ ਹੋ ਹੀ ਜਾਂਦੇ ਸੀਗੇ ਪਰ ਐਡਿਟ ਵਗੈਰਾ ਨਹੀਂ ਹੋ ਰਹੇ ਸੀਗੇ, ਇਸ ਕਰਕੇ ਪਤਾ ਹੀ ਨਹੀਂ ਚੱਲਦਾ ਸੀਗਾ ਵੀ ਵੀਡੀਓ ਕਿੱਥੋਂ ਸ਼ੂਟ ਕਰਨੀ ਹੈ, ਕਿਵੇਂ ਬਣਾਉਣੀ, ਇਸ ਕਰਕੇ ਬਸ ਜਦੋਂ ਯਾਦ ਆਉਂਦਾ ਸੀਗਾ ਉਹਦੀ ਥੋੜ੍ਹਾ ਬਹੁਤਾ ਵਲੌਗ ਸਟਾਰਟ ਕਰ ਲਏ ਸੀਗੇ। ਅਤੇ ਇੱਥੇ ਮੈਨੂੰ ਲੱਗ ਰਹੀ ਸੀਗੀ ਆਪਣੇ ਪਲਾਂਟ ਨੂੰ ਪਾਣੀ ਦੇਣ, ਅਤੇ ਮੈਂ ਮੰਜੇ 'ਤੇ ਪਈ ਸੀਗੀ, ਮੈਂ ਇੰਨੀ ਧੁੱਪ 'ਚ ਕੋਟੀ ਪਾ ਕੇ ਰਜਾਈ ਲੈ ਕੇ ਮੰਜੇ 'ਤੇ ਪਈ ਸੀਗੀ, ਦਵਾਈ ਲੈ ਕੇ ਆਈ ਸੀਗੀ ਮੈਂ ਡਾਕਟਰ ਤੋਂ ਹੈ ਨਾ, ਅਸਤਲ ਦੋਨੇ ਸੱਸ ਨੂੰਹਾਂ ਪੈ ਗਈਆਂ ਸੀਗੀਆਂ ਮੰਜੇ 'ਤੇ ਆਰਾਮ ਨਾਲ, ਅਤੇ ਦੋਨੇ ਭੈਣ ਭਰਾ ਲੱਗ ਰਹੇ ਸੀਗੇ ਕੰਮ ਧੰਦਾ ਕਰਦੇ ਫਿਰਦੇ ਸੀਗੇ। ਅਤੇ ਆਹ ਦੇਖੋ ਇੱਥੇ ਮੰਮੀ ਪਈ ਸੀਗੀ, ਮੰਮੀ ਨੂੰ ਇਹ ਸਟੈਂਡ ਜਿਹਾ ਲਿਆ ਨੇ, ਇਹਦੇ ਨਾਲ ਥੋੜ੍ਹਾ ਜਿਹਾ ਚੱਲ ਹੁਣ ਮੰਮੀ ਤੁਰਨ ਜਿਹਾ ਲੱਗ ਗਈ ਹੈ ਨਾ, ਆਹ ਦੇਖੋ ਹੁਣ ਥੋੜ੍ਹਾ ਜਿਹਾ ਵਧੀਆ ਤੁਰ ਲੈਂਦੀ ਹੈ ਵੀ ਚੱਲ ਹਾਂ ਆਪਣਾ ਆਪ ਮਾੜਾ ਮੋਟਾ ਚਲੋ ਹੈ ਨਾ ਫਲੈਸ਼ ਬਾਥਰੂਮ ਜਾ ਆਉਂਦੇ ਨੇ ਹੈ ਨਾ, ਐਂ ਹੋ ਗਿਆ ਸੀਗਾ ਸਟੈਂਡ ਜੇ ਨਾਲ ਵੀ ਦਰਦ ਨਹੀਂ ਹੈਗਾ ਸੀਗਾ ਹੁਣ, ਵੈਸੇ
ਬਹੁਤ ਫਰਕ ਹੈ। ਚਲੋ ਅੱਗੇ ਅੱਗੇ ਫਰਕ ਪੈ ਜੂਗਾ। ਹੁਣ ਤਾਂ ਯਾਨੀ ਕਿ ਵੀਡੀਓ ਮੈਂ ਐਡਿਟ ਕਰ ਰਹੀ ਹਾਂ ਅੱਜ ਦੇ ਦਿਨ ਹੀ ਕਰ ਰਹੀ ਹਾਂ ਜਿਸ ਦਿਨ ਤੁਹਾਨੂੰ ਇਹ ਵੀਡੀਓ ਆਉਣੀ ਹੈ ਨਾ। ਅਤੇ ਹੈਗੇ ਵੈਸੇ ਵਲੋਗ ਇਹ ਕਲਿੱਪ ਹੈਗੀਆਂ ਨੇ ਬਸੰਤ ਪੰਚਮੀ ਤੋਂ ਅਗਲੇ ਦਿਨ ਦੀਆਂ ਨੇ। ਹੁਣ ਧੁੱਪੇ ਦੇਖੋ ਸੁਹੰਦੀ ਨੇ ਹੈਗੀ, ਨੈਕਸਟ ਡੇ ਸੀਗਾ ਅਤੇ ਹੁਣ ਧੁੱਪ ਜ਼ਿਆਦਾ ਹੋ ਗਈ ਸੀਗੀ, ਇਸ ਕਰਕੇ ਫਿਰ ਮੈਂ ਆਪਣਾ ਨਹਾ ਧੋ ਕੇ, ਮੰਮੀ ਵੀ ਨਹਾ ਲਏ ਸੀਗੇ ਇੱਥੇ, ਅਤੇ ਇੱਥੇ ਫਿਰ ਅਸੀਂ ਸ਼ਾਮੇ ਬਹਿ ਗਏ ਸੀਗੇ। ਕਈ ਦਿਨ ਹੋ ਗਏ ਸੀਗੇ ਮੈਂ ਸਿਰ ਨੂੰ ਤੇਲ ਵਗੈਰਾ ਨਹੀਂ ਲਾਇਆ ਸੀਗਾ, ਮੈਂ ਕਿਹਾ ਚਲੋ ਮੰਮੀ ਤੋਂ ਨਾਲੇ ਮੈਂ ਸਿਰ 'ਚ ਤੇਲ ਲਵਾ ਲੈਂਦੀ ਹਾਂ ਵੀ ਕੱਲ੍ਹ ਨੂੰ ਚਲੋ ਮੈਂ ਸਿਰ ਧੋ ਲਵਾਂਗੀ, ਨਹੀਂ ਸਿਰ ਧੋਤਾ ਹੋਇਆ ਸੀਗਾ, ਸੋਰੀ, ਹਾਂ ਸਿਰ ਧੋਤਾ ਹੋਇਆ ਸੀਗਾ ਵੀ ਥੋੜ੍ਹਾ ਥੋੜ੍ਹਾ ਹਲਕਾ ਜਿਹਾ ਲਵਾਉਣਾ ਸੀਗਾ ਵੀ ਵਾਲ ਜੇ ਉੱਡੇ ਜੇ ਲੱਗਦੇ ਸੀਗੇ ਇਸ ਕਰਕੇ, ਹੈ ਨਾ। ਅਤੇ ਮੰਮੀ ਹੁਣ ਤੋਰਾ ਫੇਰਾ ਜਿਹਾ ਕਰ ਰਹੀ ਸੀਗੀ। ਹੁਣ ਇਹ ਮੌਸਮ ਹੋਇਆ ਪਿਆ ਸੀਗਾ, ਨਾ ਤਾਂ ਗਰਮੀ ਜੀ ਸੀਗੀ ਨਾ ਸਰਦੀ ਜੀ ਸੀਗੀ, ਸ਼ਾਮੇ ਵੇਚਦੇ ਸੀਗੇ ਠੰਡ ਲੱਗਦੀ ਸੀਗੀ ਅਤੇ ਗਰਮੀ 'ਚ ਸੋਰੀ ਧੁੱਪੇ ਠੰਡਾ ਗਰਮੀ ਲੱਗਦੀ ਸੀਗੀ। ਆ ਦੇਖੋ ਮੰਮੀ, ਹੁਣ ਮੰਮੀ ਦਾ ਵਿਛਾਣਾ ਹੁਣ ਬਾਹਰੇ ਰੱਖਦੇ ਹਾਂ, ਰਜਾਈ ਦੀ ਵੈਸੇ ਲੋੜ ਨਹੀਂ ਪੈਂਦੀ ਕਿ ਪਰ ਮੈਂ ਪਈ ਸੀਗੀ ਪਹਿਲਾਂ ਰਜਾਈ ਦੇ ਵਿੱਚ ਤਾਂ ਕਰਕੇ, ਹੈ ਨਾ। ਸਾਨੂੰ ਦੇਖੋ ਪੇਪਰ ਉੱਪਰ ਦੇ ਕੇ ਆਪਣੇ ਆ ਗਏ ਸੀਗੇ, ਛੁੱਟੀ ਹੋ ਗਈ ਸੀਗੀ। ਅਤੇ ਵੈਸੇ ਹੁਣ ਘਰ ਨਾ ਬਹੁਤ ਜ਼ਿਆਦਾ ਐਵੇਂ ਜੀ ਜਿਹਾ ਲੱਗਿਆ ਰਹਿੰਦਾ, ਘਰ ਰੌਣਕ ਜਿਹੀ ਲੱਗੀ ਪਈ ਹੈ ਮੰਮੀ ਨਾਲ ਵਿਚਾਰੀ, ਵੇ ਮੰਮੀ ਦੇ ਹੁਣ ਸੱਟ ਤਾਂ ਵੱਜ ਗਏ ਮੰਮੀ ਦਾ, ਪਰ ਨਾ ਹੁਣ ਜੀ ਐਂ ਹੁੰਦਾ ਵੀ ਹਾਏ ਕਦੋਂ ਮੈਂ ਠੀਕ ਹੋਵਾਂ, ਕਦੋਂ ਮੈਂ ਖੇਤ ਜਾਵਾਂ, ਹੈ ਨਾ। ਕੰਮ ਚੱਲ ਪਿਆ, ਮੰਮੀ ਦਾ ਵੀ ਖੇਤ 'ਚ ਜਾਣ ਨੂੰ ਜੀ ਕਰਦਾ, ਹੈ ਨਾ, ਵਿਹਲੇ ਬੈਠਿਆ ਨਹੀਂ ਜਾਂਦਾ ਹੈਗਾ ਮੰਮੀ ਤੋਂ ਵੀ, ਵਿਚਾਰੀ ਨੂੰ ਐਂ ਉੱਡੋ ਉੱਡੋ ਜੀ ਹੋ ਰਹੀ ਸੀਗੀ। ਹੁਣ ਬਸ ਤੇਲ ਤੂਲ ਲਵਾਉਣ ਤੋਂ ਬਾਅਦ ਫਿਰ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ, ਇੱਥੇ ਮੈਂ ਕੱਪੜੇ ਵੀ ਧੋਤੇ ਹੋਏ ਸੀਗੇ, ਹਾਂ ਕੱਪੜੇ ਵੀ ਧੋ ਕੇ ਹਟੀ ਸੀਗੀ। ਦੇਖੋ ਮੇਰੇ ਯਾਦ ਹੀ ਨਹੀਂ ਹੈਗੇ, ਹੈ ਨਾ, ਵਲੋਗ ਕਿਉਂਕਿ ਕਾਫੀ ਦਿਨ ਪੁਰਾਣਾ, ਇਸ ਕਰਕੇ ਪਤਾ ਹੀ ਨਹੀਂ ਲੱਗਦਾ ਹੈਗਾ। ਕੱਪੜੇ ਦੇਖ ਕੇ ਯਾਦ ਆ ਵੀ ਮੈਂ ਕੱਪੜੇ ਵੀ ਧੋਤੇ ਸੀਗੇ ਸਵੇਰ ਦੇ ਟਾਈਮ। ਇੱਥੇ ਫਿਰ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ, ਦੁਪਹਿਰੇ ਬਣਾਉਣੇ ਸੀਗੇ ਕੜੀ ਚੌਲ, ਫਿਰ ਮੈਂ ਅਤੇ ਦੋਨੇ ਨੰਦ ਭਰਜਾਈਆਂ ਲੱਗ ਗਈਆਂ ਸੀਗੀਆਂ ਅਸੀਂ ਕਰਨ, ਅਤੇ ਮੈਂ ਕੜੀ ਰੱਖਦੀ ਸੀਗੀ, ਮੈਨੂੰ ਇੱਕ ਥਾਵੇਂ ਦੂਜੀ ਸਾਈਡ 'ਤੇ ਰੱਖਦੇ ਸੀਗੇ ਚੌਲ, ਹੈ ਨਾ, ਵੀ ਚਲੋ ਕੜੀ ਚੌਲ ਬਣਾਵਾਂਗੇ। ਸੀਜ਼ਨ ਦੀ ਆਪਣੀ ਫਸਟ ਟਾਈਮ ਕੜੀ ਚੌਲ ਬਣ ਰਹੇ ਨੇ, ਗਰਮੀਆਂ ਦੇ, ਹੈ ਨਾ, ਗਰਮੀ ਸਟਾਰਟ ਹੋ ਗਈਆਂ ਲੱਗ ਰਿਹਾ ਸੀਗਾ। ਦਹੀਂ ਜਮਾਈ ਸੀਗੀ, ਮੈਨੇ ਦਹੀਂ ਜੰਮਿਓ ਨਹੀਂ ਹੈਗੀ, ਹੈ ਨਾ, ਅਤੇ ਫਿਰ ਮੁੱਲ ਲਿਆ ਕੇ ਕੜੀ ਫਿਰ ਬਣਾਈ ਸੀਗੀ, ਮਹਾਂ ਚੱਲ ਸੋਰੀ ਦਹੀਂ ਲਿਆ ਕੇ, ਹੈ ਨਾ। ਅਤੇ ਇੱਥੇ ਬਸ ਫਟਾਫਟ ਅਸੀਂ ਲੱਗ ਗਏ ਸੀਗੇ ਚੱਕ ਧਰਜੀ ਕਰਨ, ਮੈਂ ਕਿਹਾ ਚਲੋ ਕਿਚਨ ਵੀ ਨਾਲ ਦੀ ਨਾਲ ਸਮਾਰ ਦਿੰਦੇ ਹਾਂ, ਬਾਹਰ ਕੱਪੜੇ ਪਏ ਸੀਗੇ, ਮੰਮੀ ਵੇਟ ਕਰ ਰਹੀ ਸੀਗੀ ਅੱਜ, ਯਾਨੀ ਕਿ ਹੁਣ ਮੰਮੀ ਦਾ ਨਾ ਕੋਈ ਪਤਾ ਲੈਣ ਆਈ ਜਾਂਦਾ, ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ, ਹੈ ਨਾ, ਫਿਰ ਇਸ ਕਰਕੇ ਕਿਚਨ ਦੇ ਵਿੱਚ ਚਾਹ ਬਸ ਰੱਖੀ ਰਹਿੰਦੀ ਹੈ ਤਾਂ ਕਰਕੇ। ਅਤੇ ਬਸ ਫਿਰ ਇੱਥੇ ਇਹਨੇ ਕੜੀ ਚੌਲ ਬਣਦੇ ਸੀਗੇ, ਇੱਥੇ ਕੱਪੜੇ ਮੈਂ ਮੰਮੀ ਨੂੰ ਉਤਾਰ ਕੇ ਦਿੱਤੇ ਸੀਗੇ, ਦੇਖੋ ਮੰਮੀ ਨੇ ਕੱਪੜੇ ਤੈਅ ਕਰਤੇ ਸੀਗੇ, ਦੇਖੋ ਮੈਂ ਮੇਰੇ ਇਸ ਹਾਲਤ ਦੇ ਵਿੱਚ ਵੀ ਮੇਰੀ ਮੰਮੀ ਤੋਂ ਕੰਮ ਕਰਵਾਉਂਦੀ ਹਾਂ, ਹੈ ਨਾ। ਅਤੇ ਇਹ ਵਿਚਾਰੀ ਨਹੀਂ ਕੰਮ ਨਹੀਂ, ਮਤਲਬ ਕਿ ਬੈਠੇ ਬੈਠੇ ਮੰਮੀ ਨੂੰ ਆਪ ਨੂੰ ਹੁੰਦਾ ਵੀ ਮੈਂ ਚੱਲ ਜਿੰਨਾ ਵੀ ਕੰਮ ਕਰ ਲਵਾਂ, ਵੈਸੇ ਤਾਂ ਮੰਮੀ ਨੂੰ ਐਂ ਹੋ ਰਿਹਾ ਵੀ ਫਟਾਫਟ ਮੈਂ ਹੁਣ ਕੰਮ ਕਰਾਂ, ਹੈ ਨਾ, ਭੱਜਾਂ ਵੀ ਛੇ ਛੇਤੀ, ਹੈ ਨਾ, ਕੰਮ ਕਰਾਂ ਮੈਂ, ਮੰਮੀ ਨੂੰ ਵੀ ਐਂ ਹੁੰਦਾ ਰਹਿੰਦਾ। ਮੈਨੂੰ ਕਹਿੰਦੀ ਕਹਿੰਦੀ ਮੇਰਾ ਜੀ ਕਰਦਾ ਵੀ ਝਾੜੂ ਵੀ ਮੈਂ ਕੱਢ ਦੇਵਾਂ, ਜਦ ਮੈਂ ਅੱਜ ਸਵੇਰੇ ਝਾੜੂ ਲਗਾ ਰਹੀ ਸੀਗੀ, ਐਂ ਕਰ ਰਹੀ ਸੀਗੀ। ਅਤੇ ਫਰੈਂਡ ਇੱਥੇ ਆਪਣੇ ਬਣ ਗਏ ਨੇ ਕੜੀ ਚੌਲ, ਹੈ ਦੇਖੋ ਧਣੀਆ ਧੁਣੀਆਂ ਪਾ ਤਾ ਆਪਾਂ ਨੇ, ਮੇਥੀ ਪਾਤੇ ਸੀਗੇ ਬਾਅਦ 'ਚ। ਅਤੇ ਚਲੋ ਜੀ ਫਰੈਂਡ ਹੁਣ ਆਪਾਂ ਖਾ ਲੈਂਦੇ ਹਾਂ ਕੜੀ ਚਾਵਲ, ਅਤੇ ਤੁਸੀਂ ਵੀ ਖਾ ਲਓ, ਅਤੇ ਅੱਜ ਦੇ ਵਲੋਗ ਦਾ ਫਿਰ ਆਪਾਂ ਇੱਥੇ ਐਂਡ ਕਰਦੇ ਹਾਂ। ਅਤੇ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ, ਤੁਸੀਂ ਪਲੀਜ਼ ਕਮੈਂਟ